ਗੜਸ਼ੰਕਰ ਦੇ ਪਿੰਡ ਪਖੋਵਾਲ ਬੇੜਾ ਵਿਖੇ ਧੰਨ ਧੰਨ 108 ਸੰਤ ਬਾਬਾ ਹਰਨਾਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਅਤੇ NRI ਵੀਰਾਂ ਦੇ ਸਹਿਯੋਗ ਨਾਲ ਨਾਈਟ ਫੁੱਟਬਾਲ ਟੂਰਨਾਮੈਂਟ ਬਾਬਾ ਸਰਬਜੀਤ ਸਿੰਘ ਸੋਢੀ ਮੋਲਾ ਵਾਲਿਆਂ ਵੱਲੋਂ ਮੋਹਤਬਰਾਂ ਦੀ ਹਾਜ਼ਰੀ ਵਿੱਚ ਅਰਦਾਸ ਉਪਰੰਤ ਸ਼ੁਰੂ ਕਰਵਾਇਆ ਗਿਆ। 10 ਦਿਨਾਂ ਚੱਲਣ ਵਾਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ 32 ਟੀਮਾਂ ਨੇ ਭਾਗ ਲਿਆ ਅਤੇ ਅਖੀਰਲੇ ਦਿਨ ਜੇਤੂ ਟੀਮ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਬਾਬਾ ਸਰਬਜੀਤ ਸਿੰਘ ਸੋਢੀ ਨੇ ਖਿਡਾਰੀਆਂ ਦਾ ਹੌਸਲਾ ਅਫਜਾਈ ਕੀਤੀ। ਉੱਥੇ ਹੀ ਪਿੰਡ ਵਾਸੀਆਂ ਵੱਲੋਂ ਕਰਵਾਏ ਜਾ ਰਹੇ ਨਾਈਟ ਫੁੱਟਬਾਲ ਟੂਰਨਾਮੈਂਟ ਦੀ ਸ਼ਲਾਘਾ ਵੀ ਕੀਤੀ। ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਗੋਲਡੀ ਸਿੰਘ ਭੀੜਾ ਨੇ ਦੱਸਿਆ ਕਿ ਇਹ ਇਲਾਕੇ ਦਾ ਪਹਿਲਾ ਨਾਈਟ ਫੁੱਟਬਾਲ ਟੂਰਨਾਮੈਂਟ ਹੈ, ਜਿਸ ਦੇ ਵਿੱਚ ਗੋਲਡੀ ਕਰਿਆਨਾ ਸਟੋਰ ਪਿੰਡ ਵਾਸੀਆਂ ਅਤੇ NRI ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਨਾਲ ਜੋੜਨਾ ਹੈ। ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਹਰ ਪਿੰਡ ਵਿੱਚ ਅਜਿਹੇ ਟੂਰਨਾਮੈਂਟ ਕਰਵਾਉਣ ਤਾਂ ਕਿ ਨੌਜਵਾਨ ਪੀੜ੍ਹੀਆਂ ਨਸ਼ਿਆਂ ਤੋਂ ਬਚ ਸਕਣ ਅਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮਾਨ 108 ਸੰਤ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਜੀ ਰੋਡੇ ਵਾਲੇ, ਜਿਨ੍ਹਾਂ ਨੇ 1925 ਵਿੱਚ ਨਗਰ ਬੀੜਾਂ ਵਿੱਚ ਚਰਨ ਪਾਏ, ਸੋ ਨਾਮ ਬਾਣੀ ਦੇ ਆਸਰੇ ਨਾਲ ਇੱਥੇ ਬਹੁਤ ਰੰਗ ਭਾਗ ਲਾਏ। ਸੋ ਅੱਜ ਸਾਰੀਆਂ ਹੀ ਸੰਗਤਾਂ ਦਾ, ਜਿੰਨੇ ਖੇਡ ਪ੍ਰੇਮੀ ਹਨ, ਜਿੰਨੀਆਂ ਨਗਰ ਪੰਚਾਇਤ ਦੀਆਂ ਗ੍ਰਾਮ ਪੰਚਾਇਤ ਬੀੜਾਂ ਪੱਖੋਵਾਲ, ਸਾਰਿਆਂ ਨੇ ਰਲ ਮਿਲ ਕੇ ਨੌਜਵਾਨਾਂ ਨੇ ਉਪਰਾਲਾ ਕੀਤਾ, ਸਭ ਦਾ ਤਹਿ ਦਿਲੋਂ ਧੰਨਵਾਦ। ਸੋ ਜਿਤਨੇ ਵੀ ਖੇਡਣ ਆਏ ਹਨ ਸਭ ਦਾ ਧੰਨਵਾਦ। ਸੋ ਮਾਲਕ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਦੇ ਉੱਦਮ ਉਪਰਾਲੇ, ਨੌਜਵਾਨਾਂ ਨੂੰ ਸੇਧ ਦੇਣ ਵਾਲੇ ਉਪਰਾਲੇ ਕਰਦੇ ਰਹਿਣ। ਕਿਰਪਾ ਰਹਿਮਤ ਕਰਨ ਮਹਾਰਾਜ ਆਪਣਾ ਸੀਸ ਅਤੇ ਮੇਰ ਪਿਆਦ ਰੱਖਣ। ਸੋ ਅੱਜ ਦੇ ਇਹ ਜੋ ਟੂਰਨਾਮੈਂਟ ਹੈ, ਪਹਿਲਾ 7-ਸਾਈਡ ਨਾਈਟ ਟੂਰਨਾਮੈਂਟ ਹੈ, ਜਿਵੇਂ ਕਿ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ ਹੈ ਕਿ ਇਹ ਟੂਰਨਾਮੈਂਟ ਸਮੂਹ ਨਗਰ ਨਿਵਾਸੀ ਪਿੰਡ ਬੀੜਾਂ, NRI ਵੀਰ ਪਿੰਡ ਬੀੜਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸੋ ਇਸ ਟੂਰਨਾਮੈਂਟ, ਇਹਨਾਂ ਟੂਰਨਾਮੈਂਟਾਂ ਦੀ ਸਾਰੇ ਇਲਾਕਿਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਦਾਂ ਦੇ ਟੂਰਨਾਮੈਂਟ ਵੱਧ ਤੋਂ ਵੱਧ ਕਰਵਾਓ, ਤਾਂ ਜੋ ਅਸੀਂ ਬੱਚਿਆਂ ਦਾ ਦ੍ਰਿਸ਼ਟੀਕੋਣ ਚੇਂਜ ਕਰ ਸਕੀਏ। ਜਿਹੜਾ ਬੱਚਿਆਂ ਦਾ ਦ੍ਰਿਸ਼ਟੀਕੋਣ ਅੱਜ ਨਸ਼ਿਆਂ ਵੱਲ ਨੂੰ ਜਾ ਰਿਹਾ ਹੈ, ਉਹ ਇੱਕ ਖੇਡਾਂ ਹੀ ਐਸਾ ਮਾਧਿਅਮ ਹੈ, ਐਸਾ ਸਾਧਨ ਹਨ, ਜਿਨ੍ਹਾਂ ਦੇ ਦੁਆਰਾ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ ਅਤੇ ਚੰਗੇ ਪਾਸੇ ਲਾ ਸਕਦੇ ਹਾਂ। ਸੋ ਸਭ ਸਮਾਜ ਵਿੱਚ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਇਸ ਟੂਰਨਾਮੈਂਟ ਵਾਸਤੇ, ਗੋਲਡੀ ਕਰਿਆਨਾ ਸਟੋਰ ਵੱਲੋਂ, ਸਮੂਹ ਗ੍ਰਾਮ ਪੰਚਾਇਤ ਵੱਲੋਂ, ਪਿੰਡ ਬੀੜਾਂ ਵੱਲੋਂ, ਹਰ ਤਰੀਕੇ ਨਾਲ ਜਿੱਦਾਂ ਦਾ ਵੀ ਸੰਭਵ ਦਸਵੰਧ ਦੇ ਸਕਦੇ ਹਾਂ ਅਤੇ ਹਾਜ਼ਰ ਹਾਂ, ਅਤੇ ਜਿਸ ਤਰ੍ਹਾਂ ਵੀ ਜ਼ਰੂਰਤ ਹੋਈ ਤਾਂ ਆਪਾਂ ਹਾਜ਼ਰ ਹਾਂ ਜੀ। ਤੋ ਇਸ ਵਿੱਚ ਤਕਰੀਬਨ 32 ਟੀਮਾਂ ਨੇ ਪਾਰਟੀਸਪੇਟ ਕੀਤਾ ਹੈ ਅਲੱਗ ਅਲੱਗ ਪਿੰਡਾਂ ਤੋਂ। ਸੋ ਇਹ ਟੂਰਨਾਮੈਂਟ ਇੱਕ ਹਫ਼ਤਾ, 8 ਦਿਨ ਜਾਂ 10 ਦਿਨ ਚੱਲ ਸਕਦਾ ਹੈ ਜੀ। ਬਿਲਕੁਲ ਪਿੰਡ ਪੱਧਰ ਦੇ ਮੈਚ ਹਨ ਇਹ। ਦੇਖੋ ਸਾਡੇ ਪਿੰਡਾਂ ਵਿੱਚ ਜੋ ਵੀ ਸਾਡੇ ਬਜ਼ੁਰਗ ਸਨ, ਉਹਨਾਂ ਦੀ ਬਹੁਤ ਵੱਡੀ ਸਾਨੂੰ ਦੇਣ ਹੈ ਇਹ ਗਰਾਊਂਡਾਂ, ਖਾਸ ਕਰਕੇ ਦੋਨਾਂ ਪਿੰਡਾਂ ਦੇ ਵਿਚਕਾਰ ਹਨ, ਪਖਵਾਲ ਬੀੜਾਂ ਦੇ, ਅਤੇ ਦੋਨਾਂ ਪਿੰਡਾਂ ਦਾ ਆਪਸੀ ਭਾਈਚਾਰਾ ਬਹੁਤ ਵਧੀਆ ਹੈ। ਦੋਨਾਂ ਪਿੰਡਾਂ ਦੇ ਰੋਜ਼ ਖਿਡਾਰੀ ਰਲ ਕੇ ਖੇਡਦੇ ਹਨ, ਪ੍ਰੈਕਟਿਸ ਕਰਦੇ ਹਨ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਸੋ ਖੇਡ ਇੱਕ ਐਸਾ ਮਾਧਿਅਮ ਹੈ, ਦੇਖੋ ਇੱਕ ਹਫ਼ਤੇ ਤੋਂ ਇਹ ਤਿਆਰੀ ਕਰਨ ਲੱਗੇ ਹੋਏ ਹਨ ਬੱਚੇ, ਦੋਨਾਂ ਪਿੰਡਾਂ ਦੇ ਰਲ ਕੇ ਇਕੱਠੇ ਖਾਂਦੇ ਹਨ, ਇਕੱਠੇ ਬਹਿੰਦੇ ਹਨ। ਸੋ ਇਸ ਕਰਕੇ ਇੱਕ ਪਿਆਰ ਦਾ ਬਹੁਤ ਵੱਡਾ ਸੁਨੇਹਾ ਵੀ ਜਾਂਦਾ ਹੈ। ਪਿੰਡ ਬੀੜਾ ਵਿਖੇ ਜੋ 7-ਸਾਈਡ ਟੂਰਨਾਮੈਂਟ ਕਰਾ ਰਿਹਾ, ਇੱਕ ਬਹੁਤ ਹੀ ਵਧੀਆ ਉਪਰਾਲਾ, ਬਹੁਤ ਹੀ ਵਧੀਆ ਸੋਚ, ਅਤੇ ਇਹਨਾਂ ਦਾ ਆਪਸ ਵਿੱਚ ਪਿੰਡ ਦੇ ਵਿੱਚ ਬੱਚਿਆਂ ਦਾ ਬਹੁਤ ਹੀ ਵਧੀਆ ਪਿਆਰ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ।
ਅਤੇ ਇੱਦਾਂ ਹੀ ਅਸੀਂ ਦੁਆ ਕਰਦੇ ਪਰਮਾਤਮਾ ਅੱਗੇ ਵੀ ਗਾਹਾਂ ਤੋਂ ਇਹ ਹਰੇਕ ਸਾਲ ਇਸੇ ਤਰ੍ਹਾਂ ਹੁਣ ਇਲਾਕੇ ਦੇ ਸਾਰੇ ਸਹਿਯੋਗ ਨਾਲ ਬੀੜਾਂ ਜਿੰਨੇ ਵੀ NRE ਸਾਰੇ ਭਰਾਵਾਂ ਦੇ ਨਾਲ ਵਧੀਆ ਤੋਂ ਵਧੀਆ ਹੁੰਦਾ ਰਹੇ। ਅਸੀਂ ਇਹੀ ਦੁਆ ਪਰਮਾਤਮਾ ਅੱਗੇ ਕਰਦੇ ਹਾਂ।